ਬੈਬਲ ਕਲਾਂ ਗੋਲੀਕਾਂਡ 'ਚ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ 'ਤੇ ਸੁਖਪਾਲ ਖਹਿਰਾ ਨੇ ਸਰਕਾਰ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਹਾਈ ਕੋਰਟ ਅਦਾਲਤ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮਾਨਤਾ ਦੇ ਦਿੱਤੀ ਗਈ ਹੈ। ਖਹਿਰਾ ਨੇ ਦੱਸਿਆ ਕਿ ਕੈਪਟਨ ਸਰਕਾਰ ਨੂੰ ਤੁਰੰਤ ਨਾਮਜ਼ਦ ਕੀਤੇ ਗਏ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਹਨਾਂ ਅਕਾਲੀ ਦਲ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਬੈਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਨੌਜਵਾਨਾਂ ਨੂੰ ਬਾਦਲ ਸਰਕਾਰ ਦੀ ਸ਼ਹਿ ਉੱਤੇ ਪੁਲਿਸ ਵੱਲੋਂ ਮਾਰਿਆ ਗਿਆ ਸੀ। ਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮਾਨਤਾ ਦੇ ਦਿੱਤੀ ਆ। ਸਾਰੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਆਫਿਸਰ ਨੇ ਉੱਥੇ ਸਟੇ ਲਏ ਹੋਏ ਸੀ, ਸਾਰੇ ਵਕੇਟ ਹੋ ਗਏ ਨੇ। ਗਵਰਨਮੈਂਟ ਨੂੰ ਤੁਰੰਤ ਜਿਹੜੇ ਨਾਮਜ਼ਦ ਪੁਲਿਸ ਆਫਿਸਰਸ ਨੇ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ 302 ਦੇ ਵਿੱਚ। ਔਰ ਇਸ ਤੋਂ ਅੱਗੇ DGP ਜਿਹੜਾ ਉਸ ਵਕਤ ਦਾ ਸੀ ਸੁਮੇਧ ਸਿੰਘ ਸੈਣੀ, ਜਿਹਦਾ ਬਹੁਤ ਰੋਲ ਹੈ ਇਹਦੇ ਵਿੱਚ, ਉਹਨੂੰ ਅਰੈਸਟ ਕਰਨਾ ਚਾਹੀਦਾ। ਔਰ ਨਾਲ ਲੱਗਦੇ ਹੀ ਬਾਦਲ ਦੇ ਪਰਿਵਾਰ ਦਾ ਜਿਹੜੇ ਉਸ ਵਕਤ ਚੀਫ ਮਿਨਿਸਟਰ ਸੀ, ਜਿਹੜਾ ਉਹਦਾ ਸੁਖਬੀਰ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਸੀ, ਕਿਉਂਕਿ ਉਹਨਾਂ ਤੋਂ ਬਗੈਰ ਬਹਿਬਲ ਕਲਾਂ ਦੇ ਵਿੱਚ 2 ਸਿੱਖ ਨੌਜਵਾਨਾਂ ਦਾ ਪੁਲਿਸ ਵੱਲੋਂ ਕਤਲ ਨਹੀਂ ਕੀਤਾ ਜਾ ਸਕਦਾ ਸੀਗਾ। ਇਹਨਾਂ ਦੀ ਸਹਿਮਤੀ ਸੀਗੀ, ਇਹਨਾਂ ਦੇ ਆਦੇਸ਼ ਸੀਗੇ। ਔਰ ਇਹਨਾਂ ਨੇ ਪਿਛਲੇ ਪੌਣੇ ਦੋ ਸਾਲ ਆਪਣੀ ਸਰਕਾਰ ਵਿੱਚ ਦਾਗੀ ਪੁਲਿਸ ਵਾਲਿਆਂ ਨੂੰ, ਦੋਸ਼ੀ ਪੁਲਿਸ ਵਾਲਿਆਂ ਨੂੰ ਬਚਾਇਆ। ਇਸ ਲਈ ਤੁਰੰਤ ਸਭ ਦੀ ਗ੍ਰਿਫਤਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਰਨ ਵਾਲਿਆਂ ਦੋਸ਼ੀਆਂ ਨੂੰ ਤਹਿ ਤੱਕ ਜਾ ਕੇ, ਜਿਹੜੇ ਲੋਕ ਜ਼ਿੰਮੇਵਾਰ ਨੇ, ਜਿਹੜੇ ਵੱਡੇ ਤਾਕਤਵਰ ਲੋਕ ਨੇ, ਔਰ ਜਿਹਨਾਂ ਨੇ ਬੈਬਲ ਕਲਾਂ ਦੇ ਵਿੱਚ ਗੋਲੀ ਮਾਰ ਕੇ ਨੌਜਵਾਨਾਂ ਨੂੰ ਮਾਰਿਆ, ਸਭ ਨੂੰ ਠੋਸ ਅਤੇ ਜਿਹੜੀ ਕਹਿੰਦੇ ਆ ਕਿ ਇਸ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ, ਜਿਹੜਾ ਮੁੜ ਕੇ ਇਸ ਤਰ੍ਹਾਂ ਦੀ ਕੁਤਾਹੀ ਕਰਨ ਦੀ ਕੋਈ ਹਿੰਮਤ ਨਾ ਕਰੇ ਪੰਜਾਬ ਦੇ ਵਿੱਚ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ, ਟੀਵੀ।